ਵੱਡੇ ਭਾਈ ਸਾਹਿਬ ਇੰਨਾ ਕੁ ਸਮਾਨ ਲੈ ਕੇ ਗਏ, ਦੋ ਮੁੰਦਰੀਆਂ ਅਤੇ ਇੱਕ ਟੋਪਸਾਂ ਦੀ ਜੋੜੀ। ਜਦੋਂ ਟੋਪਸਾਂ ਦੀ ਜੋੜੀ ਅਤੇ ਉਹ ਲੈ ਕੇ ਗਏ ਤਿੰਨੇ ਚੀਜ਼ਾਂ, ਘਰ ਜਾ ਕੇ ਉਹਨਾਂ ਖੋਲ੍ਹ ਕੇ ਦੇਖਿਆ ਅਤੇ ਉਹਨਾਂ ਚਲੋਂ ਮੈਂ ਵੀ ਬਾਹਰੋਂ ਆ ਗਿਆ। ਜਦੋਂ ਮੈਂ ਬਾਹਰ ਆ ਕੇ ਦੇਖਿਆ ਅਤੇ ਉਹਨਾਂ ਮੈਨੂੰ ਆਖਿਆ ਪਾਪਾ ਇਹ ਲੈ ਕੇ ਆਏ, ਇਹ ਲੈ ਕੇ ਆਏ ਹਾਂ, ਅਤੇ ਮੈਂ ਕਿਹਾ ਬਹੁਤ ਵਧੀਆ ਆ। ਵਿੱਚੋਂ ਇੱਕ ਚੈਨ ਨਿਕਲ ਆਈ, ਮੈਂ ਇਹ ਕੀ ਚੀਜ਼ ਹੈ ਜੀ? ਕਹਿੰਦੇ ਸਾਨੂੰ ਨਹੀਂ ਪਤਾ, ਇਹ ਬੈਗ ਦੇ ਵਿੱਚ ਆ ਗਈ। ਉਹ ਸਿਰਫ ਓਪਨ ਸੀ, ਬਾਕੀ ਇਹਨਾਂ ਦੇ ਪਰਸ ਦੇ ਵਿੱਚ ਸਮਾਨ ਪਾਇਆ ਸੀ, ਉਹ ਸਿਰਫ ਓਪਨ ਇਕੱਲੀ ਸੀ। ਮੈਂ ਚੱਲ ਬੇਟਾ ਹੁਣੇ, ਕਹਿੰਦਾ ਚਲੋ ਪਾਪਾ ਹੁਣੇ ਚੱਲੀਏ। ਫਿਰ ਆਪਾਂ ਦੋਵੇਂ ਪਿਓ ਪੁੱਤ ਲਈ ਇੰਨਾ ਕੁ ਆਏ ਹਾਂ, ਇੱਥੇ ਦੇ ਕੇ ਗਏ ਹਾਂ, ਅਤੇ ਇਹਨਾਂ ਨੂੰ ਪਤਾ ਵੀ ਨਹੀਂ ਸੀ ਅਤੇ ਸਾਡੀ ਚੈਨ ਆ। ਅਸੀਂ ਲਾਲੀ ਸੇਠ ਨੂੰ ਨਾਲ ਲਿਆ, ਲਾਲੀ ਸੇਠ ਕਹਿੰਦਾ ਚਲੋ ਚੱਲੀਏ। ਮੈਂ ਯਾਰ ਇਸ ਤਰ੍ਹਾਂ ਚੈਨ ਇਹਨਾਂ ਦੀ ਗਲਤੀ ਨਾਲ ਚੱਲ ਗਈ ਹੈ। ਲਾਲੀ ਕਹਿੰਦਾ ਆਓ ਚੱਲੀਏ। ਆਪਾਂ ਆਣ ਕੇ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਮੈਂ ਇਹਨਾਂ ਨੂੰ ਖਾਣ ਕੇ ਇੱਕੋ ਪਿੱਛੀ ਗੱਲ, ਇੱਕ ਚੈਨ ਚਾਹੀਦੀ ਹੋਰ। ਇਹਨਾਂ ਮੈਨੂੰ ਦਿਖਾ ਰਹੀ ਕਿੰਨੇ, ਮੈਂ ਕਿੰਨੇ ਦੀ ਹੈ ਚੈਨ? ਪਤਾ ਨਹੀਂ 80,000 ਦੱਸਿਆ ਜਾਂ 85,000 ਦੱਸਿਆ। ਮੈਂ ਕੋਈ ਗੱਲ ਨਹੀਂ, ਮੈਂ ਜੇਬ 'ਚੋਂ ਕੱਢੀ, ਮੈਂ ਆਹ ਦੇਖੋ ਕਿੰਨੇ ਦੀ ਹੈ। ਕਹਿੰਦੇ ਸੋਚ ਸਾਜ ਕੇ ਸੋਨਾ ਬਹੁਤ ਵਧੀਆ ਆ ਅਤੇ ਇਹ ਤੁਹਾਡੀ 32,500 'ਚ ਕੱਟ ਲਾਂਗੇ। ਮੈਂ ਘੱਟ ਆ? ਕਹਿੰਦੇ ਨਹੀਂ, 32,500 'ਚ ਕੱਟ ਦਾਂਗੇ। ਮੈਂ ਠੀਕ ਹੈ ਜੀ, ਮੈਂ ਰੱਖੋ ਇਹਨੂੰ ਆਪਣੇ ਕੋਲ ਹੀ, ਇਹ ਤੁਹਾਡੀ ਹੈ। ਇਹ ਹਿਸਾਬ ਨਾਲ ਇਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਅਤੇ ਇਹ ਸਾਡੀ ਹੈ, ਮੈਂ ਤੁਹਾਡੀ ਹੈ। ਮੈਂ ਇਸ ਤਰ੍ਹਾਂ ਬੱਚੇ ਸਮਾਨ ਲੈ ਕੇ ਗਏ ਨੇ, ਮੈਂ ਘਰ ਪਹੁੰਚਿਆ ਅਤੇ ਮੈਂ ਦੇਖਿਆ ਅਤੇ ਮੈਂ ਉਸੇ ਟਾਈਮ ਹੀ ਆ ਗਿਆ। ਇਹਦੇ ਬਾਰੇ ਮੈਂ ਇੱਕ ਵਾਕਿਆ ਸੁਣਾਉਣਾ। ਮੈਂ 7-8 ਸਾਲ ਦਾ ਸੀ, ਪਿੰਡ ਮੇਰਾ ਮਸਾਣੀ ਹੈ, ਅਤੇ ਸਾਉਣ ਭਾਦਰੋਂ ਦੇ ਦਿਨ ਸੀ ਅਤੇ ਡੰਗਰਾਂ ਥੱਲੇ ਚਿੱਕੜ ਬਹੁਤ ਹੋ ਚੁੱਕਾ ਸੀ। ਅਤੇ ਮਾਤਾ ਸਾਡੀ ਕਹਿੰਦੀ ਅਤੇ ਰੇਤ ਲੈ ਕੇ ਆਓ, ਸਾਡੇ ਲਾਗੇ ਰੇਤ ਮਹਿਰਾ ਸੀ ਅਤੇ ਆਪਾਂ ਰੇਤ ਲੈਣ ਚੱਲ ਗਏ। ਉੱਥੇ ਮੈਂ ਰੇਤ ਆਪਣੇ ਟੋਕਰੇ 'ਚ ਭਰ ਤੇ ਲਈ, ਪਰ ਚੁੱਕੀ ਨਾ ਜਾਏ। ਇੱਕ ਬੰਦਾ ਰਾਹੀ ਨੇ ਜਾ ਰਿਹਾ ਸੀ, ਉਹਦਾ ਨਾਂ ਚੌਧਰੀ ਸੀ, ਉਹਨਾਂ ਨੇ ਮੈਨੂੰ ਰੇਤ ਚੁਕਾਈ। ਅਤੇ ਉਹਨਾਂ ਦੀ ਜਦੋਂ ਰੇਤ ਚੁਕਾ ਕੇ ਅੱਗੇ ਨਿਕਲੇ, ਉਹਨਾਂ ਦੀ ਜੇਬ ਦੇ ਵਿੱਚੋਂ ਨਾ 20 ਰੁਪਈਏ ਡਿੱਪੇ, 2 10-10 ਦੇ ਨੋਟ। ਮੈਂ ਚੁੱਕ ਕੇ ਜੇਬ 'ਚ ਪਾ ਲਏ। ਜਦੋਂ ਜੇਬ 'ਚ ਪਾ ਲਏ ਅਤੇ ਰੇਤ ਰੂਤ ਅਸੀਂ ਖਿਲਾਰ ਕੇ ਅਤੇ ਲੰਮੇ ਪੈਣ ਲੱਗੇ ਅਤੇ ਕੱਪੜੇ ਲਾਹ ਤੇ, ਗਰਮੀਆਂ ਦਾ ਦਿਨ ਸੀ। ਜਦੋਂ ਕੱਪੜੇ ਲਾਹ ਤੇ ਅਤੇ ਮਾਤਾ ਸਾਡੀ ਨੇ ਜੇਬ ਵੇਖੀ ਖੋਲ੍ਹੀ ਅਤੇ ਮੈਨੂੰ ਪੁੱਛਦੀ ਹੈ ਇਹ ਪੈਸੇ ਕਿੱਥੋਂ ਆਏ, 20 ਰੁਪਈਏ ਕਿੱਥੋਂ ਆਏ ਆ? ਮੈਂ ਮੈਨੂੰ ਲੱਭੇ ਤਾਂ ਦੱਸ ਨਹੀਂ ਸਕਦਾ। ਮਾਤਾ ਕਹਿੰਦੀ ਤੈਨੂੰ ਲੱਭ ਹੀ ਨਹੀਂ ਸਕਦਾ। ਮੈਂ ਮਾਤਾ ਮੈਂ ਕੋਈ ਝੂਠ ਬੋਲਣ ਡਿਆ, ਮੈਂ ਕੋਈ ਕਿਸੇ ਡਾਕਿਆ ਮਾਰਿਆ? ਕਹਿੰਦੀ ਤੈਨੂੰ ਲੱਭ ਹੀ ਨਹੀਂ ਸਕਦੇ। ਫਿਰ ਉਹਨਾਂ ਨੂੰ ਮੈਂ ਸਾਰੀ ਹਿਸਟਰੀ ਸੁਣਾਈ ਅਤੇ ਉਹਨਾਂ ਦੇ ਘਰ ਮੇਰਾ ਵੱਡੇ ਭਾਈ ਸਾਹਿਬ ਦੇਣ ਗਏ। ਜਦੋਂ ਉਹਨਾਂ ਦੇ ਘਰ ਦੇਣ ਗਏ, ਉਹਨਾਂ ਨੂੰ ਵੀ ਪਤਾ ਨਹੀਂ, ਜਿਸ ਤਰ੍ਹਾਂ ਇਹਨਾਂ ਨੂੰ ਪਤਾ ਨਹੀਂ ਨਾ, ਉਹਨਾਂ ਨੂੰ ਵੀ ਪਤਾ ਨਹੀਂ ਅਤੇ ਸਾਡੇ 20 ਰੁਪਈਏ। ਇਸ ਕਰਕੇ ਜੋ ਸੰਸਕਾਰ ਮਾਂ ਪਿਓ ਦੇ ਨੇ ਨਾ, ਉਹਦੇ ਕਿਤੇ ਨਹੀਂ ਮਿਲ ਸਕਦੇ। ਜਿਹੋ ਜਿਹੀ ਸਾਡੀ ਮਾਂ ਦੇ ਪਿਓ ਦੇ ਬਹੁਤ ਸ਼ਰੀਫ ਔਰ ਨੇਕ ਆਦਮੀ ਸੀ। ਅੱਜ ਵੀ ਕਿਤੇ ਮਸਾਣੀਆਂ ਜਾਓ ਅਤੇ ਕਿਸੇ ਨੂੰ ਪੁੱਛੋ ਅਤੇ ਜਿਹੜਾ ਪੰਡਤਾਂ ਦਾ ਘਰ ਸੀ ਉਹ ਕਿਹੜਾ ਹੈ? ਮੇਰਾ ਕੰਮ ਬਜਾਜੀ ਦਾ ਜੀ, ਕੱਪੜੇ ਦਾ ਕੰਮ ਮੇਰਾ। ਠੀਕ ਹੋਇਆ ਤਲਾਕ ਮੇਰੀ ਬੇਟੀ ਦੀ ਸ਼ਾਦੀ ਹੈ ਜੀ 31 ਜਨਵਰੀ ਦੀ ਜੀ ਸਰ, ਚੈਨ ਨਿਕਲ ਆਈ ਸੀ ਤੋਂ ਫਿਰ ਆਣ ਕੇ ਵਾਪਸ ਦਿੱਤੀ। ਇਹਨਾਂ ਨੇ ਅੱਜ ਹੀ ਸਮਾਨ ਖੜਿਆ ਸੀ ਮੇਰੇ ਕੋਲ, ਕੋਈ 2 ਮੁੰਦਰੀਆਂ ਸੀ, ਇੱਕ ਟੋਪਸਾਂ ਦੀ ਜੋੜੀ ਖੜੀ ਸੀ। ਅਸੀਂ ਇਹਨਾਂ ਨੂੰ ਪੈਕ ਕਰਕੇ ਦਿੱਤਾ ਸੀਗਾ, ਉਹਦੇ 'ਚ ਸਾਨੂੰ ਨਹੀਂ ਪਤਾ ਕੋਈ ਸਾਡੀ ਚੀਜ਼ ਫਾਲਤੂ ਵੀ ਚਲੇ ਗਈ ਹੈ। ਇਹਨਾਂ ਦੀ ਇਮਾਨਦਾਰੀ ਨਾਲ ਉਹ ਚੀਜ਼ ਉਹਨਾਂ ਨੇ ਘਰ ਜਾ ਕੇ ਜਦੋਂ ਚੈੱਕ ਕੀਤੀ, ਸਾਡੀ ਇੱਕ ਚੇਨ ਸੀ, ਸਮਥਿੰਗ 30,000 ਰੁਪਇਆ ਉਹਦੀ ਵੈਲਿਊ ਹੈ, ਇਹਨਾਂ ਨੇ ਸਾਡੇ ਕੋਲ ਲਿਆ ਕੇ ਸਾਨੂੰ ਇਮਾਨਦਾਰੀ ਨਾਲ ਵਾਪਸ ਕੀਤੀ। ਮੈਂ ਬੜਾ ਰਜਿੰਦਰ ਸ਼ਰਮਾ ਜੀ ਦਾ ਧੰਨਵਾਦੀ ਹਾਂ, ਔਰ ਮੈਂ ਇਹ ਵੀ ਸਮਾਜ ਨੂੰ ਸੇਧ ਦੇਣੀ ਚਾਹੁੰਦਾ ਵਾਂ। ਦੇਖੋ ਲੋਕ ਅੱਜ ਕੱਲ੍ਹ ਚੈਨਾਂ ਲਾਹੁਣ ਦੀਆਂ ਤਿਆਰੀਆਂ ਬੈਠੇ ਨੇ, ਉਹ ਵਾਲੀਆਂ ਖਿੱਚਣ ਡਿਆ ਵਾ। ਇਹੋ ਜਿਹੀ ਮਿਸਾਲ ਬਹੁਤ ਤਗੜੀ ਹੈ ਕਿ ਜਿਹੜਾ ਇਹਨਾਂ ਨੇ ਸਾਡੀ ਚੀਜ਼ ਵਾਪਸ ਕੀਤੀ ਹੈ। ਇੱਕ ਤਾਂ ਮੈਂ ਇਹਨਾਂ ਦਾ ਧੰਨਵਾਦੀ ਹਾਂ, ਔਰ ਸਮਾਜ ਨੂੰ ਬੜੀ ਵੱਡੀ ਸੇਧ ਹੈ ਕਿ ਇਹੋ ਜਿਹੇ ਇਨਸਾਨ ਨਾਲ ਹੈ ਨੇ, ਅਤੇ ਤਾਂ ਹੀ ਧਰਤੀ ਕਾਇਮ ਹੈ। ਮੈਂ ਧੰਨਵਾਦੀ ਹਾਂ ਇਹਨਾਂ ਦਾ। ਮੈਨੂੰ ਕੁਛ ਨਹੀਂ ਸੀ ਪਤਾ ਜੀ, ਮੇਰੀ ਚੀਜ਼ ਇਹਨਾਂ ਕੋਲ ਜਾ ਚੁੱਕੀ ਹੈ। ਸਾਡੇ ਇੱਥੇ ਕੋਈ ਚੀਜ਼ ਬੱਚਿਆਂ ਨੇ ਰੱਖੀ ਸੀ, ਮੈਂ ਉਸ ਟਾਈਮ ਦੁਕਾਨ 'ਤੇ ਨਹੀਂ ਸੀ ਹੈਗਾ, ਅਤੇ ਬੱਚਿਆਂ ਨੇ ਹਾਲੇ ਆਉਣਾ ਸੀ, ਉਸ ਤੋਂ ਪਹਿਲਾਂ ਹੀ ਮੈਨੂੰ ਇਹਨਾਂ ਨੇ ਚੀਜ਼ ਮੈਨੂੰ ਵਾਪਸ ਕਰ ਦਿੱਤੀ ਸੀ। ਮੈਨੂੰ ਨਹੀਂ ਸੀ ਪਤਾ ਇਹ ਚੀਜ਼ ਮੇਰੀ ਵਾਪਸ ਕਰਨ ਆਏ ਨੇ। ਇਹਨਾਂ ਨੇ ਆ ਕੇ ਮੈਨੂੰ ਉਹ ਕਿਹਾ ਹੁਣ ਹੋਰ ਚੀਜ਼ ਵਿਖਾਓ, ਵਿਖਾਈ ਆ ਇਹਨਾਂ ਨੇ, ਫਿਰ ਉਹਦੀ ਵੈਲਿਊ ਗਿਣੀ ਅਤੇ ਬਾਅਦ 'ਚ ਮੇਰੇ ਕੋਲ ਉਹ ਵੀ ਇੱਕ ਚੀਜ਼ ਹੋਰ ਖੜੀ ਖਰੀਦੀ ਇਹਨਾਂ ਨੇ, ਇੱਕ ਚੈਨ ਉਸੇ ਵਕਤ ਖਰੀਦੀ। ਫਿਰ ਮੈਨੂੰ ਇਹਨਾਂ ਨੇ ਚੈਨ ਦਿਖਾਈ ਕਿ ਇਹ ਚੈਨ ਦੀ ਵੈਲਿਊ ਕਿੰਨੀ ਹੈ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਬੱਚਿਆਂ ਨੇ ਇਹ ਚੈਨ ਰੱਖੀ ਹੈ, ਮੈਨੂੰ ਕੁਛ ਨੌਲੇਜ ਨਹੀਂ। ਮੈਂ ਇਹਨਾਂ ਨੂੰ ਇਹ ਗੱਲ ਜ਼ਰੂਰ ਕਹੀ ਕਿ ਸੋਨਾ ਤੁਹਾਡਾ ਬੜਾ ਵਧੀਆ ਵਾ, ਮੈਂ ਆਪਣੀ ਸਟੈਂਪ ਵੀ ਚੈੱਕ ਨਹੀਂ ਕੀਤੀ। ਇਹਨਾਂ ਨੇ ਕਿਹਾ ਨਹੀਂ ਭਾਅ ਜੀ, ਇਹ ਚੈਨ ਤੁਹਾਡੀ ਹੈ।
ਤੁਹਾਡੀ ਕੋਲ ਭੁਲੇਖੇ ਨਾਲ ਸਾਡੀ ਜਾ ਚੁੱਕੀ। ਮੈਂ ਇਹਨਾਂ ਨਾਲ ਫਿਰ ਥੈਂਕ ਯੂ ਕੀਤਾ। ਫਿਰ ਮੈਨੂੰ ਬੱਚਿਆਂ ਨੇ ਬਾਅਦ 'ਚ ਦੱਸਿਆ ਕਿ ਪਾਪਾ ਇਹ ਚਾਈਨੇ ਦੇ ਪਰਸ ਰੱਖੀ ਸੀ, ਉਹ ਕਿਸੇ ਕਸਟਮਰ ਦੀ ਪਈ ਸੀ, ਰਿਪੇਅਰ ਹੋਣ ਵਾਸਤੇ ਆਈ ਸੀ। ਇਹ ਮਸਾਲੇ ਇਹਨਾਂ ਨੇ ਕੰਮ ਕੀਤੀ। ਮੈਂ ਇਹਨਾਂ ਦਾ ਧੰਨਵਾਦੀ ਹਾਂ।